ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬੀਰਬਲ ਸਿੰਘ ਹੈ ਜੀ। ਜੀ ਕਿੱਥੋਂ ਆ ਰਹੇ ਹੋ ਵੀਰ ਜੀ? ਮੈਂ ਕਿਸਨਗੜ੍ਹ ਫਰਮਾਈ ਤੋਂ ਆ ਰਿਹਾ ਜੀ, ਮਾਨਸਾ ਜ਼ਿਲ੍ਹਾ ਜੀ। ਜੀ ਵੀਰ ਜੀ, ਆਪਾਂ ਨੂੰ ਕੀ ਪ੍ਰੋਬਲਮ ਸੀ ਜਦੋਂ ਤੁਸੀਂ ਆਪਣੇ ਕੋਲ ਆਏ ਸੀ? ਮੈਨੂੰ ਸਕਰੈਨੀ ਦੀ ਪ੍ਰੋਬਲਮ ਸੀ ਜੀ, ਮਤਲਬ ਟੋਇਲਟ 'ਚ ਬਲੱਡ ਆਉਂਦਾ ਸੀਗਾ ਜੀ, ਮੈਂ ਜੀ ਆਉਂਦਾ ਸੀਗਾ ਜੀ। ਜੀ ਇਹ ਜਿਹੜਾ ਮਿਊਕਸ ਤੇ ਬਲੱਡ ਸੀਗਾ, ਇਹ ਕਿੰਨੇ ਟਾਈਮ ਤੋਂ ਆ ਰਿਹਾ ਸੀ ਤੁਹਾਨੂੰ? ਇਹ ਮੈਨੂੰ 3 ਸਾਲ ਤੋਂ ਆ ਰਿਹਾ ਸੀ। 3 ਸਾਲ ਤੋਂ? 3 ਸਾਲ ਦੇ ਟ੍ਰੀਟਮੈਂਟ ਕਿੰਨਾ ਕੁ ਲਿਆ ਤੁਸੀਂ ਇਸ ਵਾਸਤੇ? ਬਹੁਤ ਲਿੱਤਾ ਜੀ, ਥਾਂ ਤੋਂ ਦਵਾਈ ਖਾਧੀ ਮੈਂ। ਠੀਕ ਹੈ, ਤੇ ਉਹ ਜਿਹੜੀਆਂ ਦਵਾਈਆਂ ਖਾਧੀਆਂ ਤੁਸੀਂ, ਉਹਨਾਂ ਨਾਲ ਕੀ ਫਰਕ ਸੀ ਤੁਹਾਨੂੰ? ਉਹਨਾਂ ਨਾਲ ਕੋਈ ਫਰਕ ਨਹੀਂ ਪਿਆ ਜੀ, ਮਤਲਬ ਜਿੰਨਾ ਇੱਕ ਲੈਂਦਾ ਜੀ ਬਸ ਉਹਨਾਂ ਇੱਕ ਹੀ ਫਰਕ ਰਹਿੰਦਾ ਸੀ। ਓਕੇ ਓਕੇ, ਤੇ ਹੁਣ ਤੁਸੀਂ ਮਤਲਬ ਆਪਣੇ ਟ੍ਰੀਟਮੈਂਟ ਕਿੰਨਾ ਦਿਨ ਹੋ ਗਿਆ ਚੱਲਦੇ ਨੂੰ? 15 ਦਿਨ ਹੋ ਗਏ ਸਰ। 15 ਦਿਨਾਂ 'ਚ ਕੀ ਫਰਕ ਲੱਗਦਾ ਤੁਹਾਨੂੰ? ਬਹੁਤ ਫਰਕ ਹੈ ਜੀ ਸਰ, ਮਤਲਬ ਜਿੰਨਾ ਫਰਕ ਪਹਿਲਾਂ ਕਦੇ ਪਿਆ ਨਹੀਂ ਉਨਾ ਫਰਕ ਲੱਗ ਰਿਹਾ ਤੁਹਾਨੂੰ ਹੁਣ? ਜ਼ਿਆਦਾ ਫਰਕ ਹੈ ਉਹਨੂੰ, ਜ਼ਿਆਦਾ ਫਰਕ ਲੱਗ ਰਿਹਾ। ਤੇ ਕੀ ਕੀ ਦਿੱਕਤਾਂ ਤੁਹਾਡੀਆਂ ਜਿਹੜੀਆਂ ਘਟੀਆਂ ਨੇ ਆਪਣੀ ਦਵਾਈ ਨਾਲ? ਮਤਲਬ ਬਲੱਡ ਵੀ ਆਉਣੋਂ ਹਟ ਗਏ, ਮਿਕਸ ਵੀ ਆਉਣੋਂ ਹਟ ਗਏ, ਬਾਰ ਬਾਰ ਟੋਇਲਟ ਜਾਂਦੇ ਸ਼ੋ ਵੀ ਜਾਣੋਂ ਹਟ ਗਏ। 3 ਵਾਰੀ ਜਾਣਾ ਪੈਂਦਾ ਸਰ। ਅੱਗੇ ਕਿੰਨੇ ਵਾਰ ਜਾਂਦੇ ਸੀ? ਅੱਗੇ ਜੀ 5-6 ਵਾਰ ਜਾਂਦਾ ਸੀ। ਓਕੇ, ਹੁਣ ਜਾਣੀ 2 ਜਾਂ 3 ਵਾਰ ਜਾਂਦੇ ਹੋ? ਹਾਂਜੀ ਹਾਂਜੀ ਸਰ। ਤੇ ਟੋਇਲਟ ਬਣ ਕੇ ਆਉਣ ਲੱਗ ਗਈ? ਹਾਂਜੀ ਸਰ। ਮਿਊਕਸ ਤੇ ਬਲੱਡ ਬਿਲਕੁਲ ਬੰਦ ਆ? ਹਾਂਜੀ ਸਰ। ਤੇ ਪਹਿਲਾਂ ਬੰਦ ਹੋਏ ਨਹੀਂ ਸੀ ਕਿਸੇ ਵੀ ਦਵਾਈ ਨਾਲ 3 ਸਾਲ? ਨਹੀਂ ਸਰ। ਫਿਰ ਤਾਂ ਤੁਸੀਂ ਬਹੁਤ ਠੀਕ ਹੋ। ਹਾਂਜੀ ਸਰ। ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਪੇਸ਼ੈਂਟਾਂ ਨੂੰ? ਜਾਵਾਂ ਇੱਥੇ ਜ਼ਰੂਰ ਆਪਣਾ ਟ੍ਰੀਟਮੈਂਟ ਕਰਾਉਣੀ ਜੀ। ਇੱਥੇ ਟ੍ਰੀਟਮੈਂਟ ਦੇ ਵਿੱਚ ਕੀ ਖਾਸੀਅਤ ਲੱਗੀ ਤੁਹਾਨੂੰ ਜ਼ਿਆਦਾ ਦੂਸਰੇ ਨਾਲੋਂ? ਜ਼ਿਆਦਾ ਜੀ ਮਸ਼ੀਨ ਦਾ ਮਤਲਬ ਹੋਏ ਜੀ, ਮੰਨ ਲਓ ਟ੍ਰੀਟਮੈਂਟ ਲੈਣਾ ਸੌਖਾ? ਹਾਂਜੀ ਸਰ। ਗੋਲੀਆਂ ਗੁੜੀਆਂ ਲੈਣੀਆਂ ਔਖੇ ਤਾਂ ਨਹੀਂ ਹੈ? ਨਹੀਂ ਸਰ। ਦਵਾਈ ਜ਼ਿਆਦਾ ਤਾਂ ਨਹੀਂ ਲੱਗੀ ਕੋਈ? ਨਹੀਂ ਸਰ। ਚਲੋ, ਮਨ ਖੁਸ਼ ਆ ਤੁਹਾਡਾ? ਹਾਂਜੀ ਸਰ। ਚਲੋ ਠੀਕ ਹੈ, ਧੰਨਵਾਦ ਜੀ। ਧੰਨਵਾਦ।